ਦੇਖਿਆ ਵੀ ਉੱਥੇ ਲੇਡੀ ਐ ਕਿ ਉਹਨੇ ਆਪਣੇ ਬੱਚੇ ਨੂੰ ਮਾਰਿਆ ਚਾਕੂ ਮਾਰੇ ਉਹਦੇ ਜੀ ਅਸੀਂ ਇੱਥੇ ਪਹੁੰਚੇ ਤਾਂ ਬੱਚੇ ਦੇ ਸਿਰ 'ਚ ਵੀ ਛੋਟੇ ਛੋਟੇ ਟੱਕ ਲੱਗੇ ਹੋਏ ਸੀ ਇਹ ਘਰ ਵਾਲਾ ਵਾ ਇਹਦੇ ਮਾਲੀ ਤੇ ਇਹਦੇ ਬੱਚੇ ਦੇ ਹੱਥ ਦੇ ਵਿੱਚ ਦੀ ਵੀ ਚਾਕੂ ਨਿਕਲਿਆ ਹੋਇਆ ਸੀ ਇੱਕ ਪੱਟ 'ਚ ਲੱਗਿਆ ਹੋਇਆ ਸੀ घर वाले नूं असीं लै के उन्हूं हॉस्पिटल लै के उत्थे दाखिल कराया उत्थों डिटेक्ट होया वी इहदी स्प्लिट परसनैलिटी आ इहनूं इक बीमारी आ डिजीज़ आ जिहदे विच इहनूं पता नहीं लगता जदों इहदा बच्चा रोंदा सी इहनूं गुस्सा चढ़दा सी तां इहनूं मारदे सी ਉਹ ਹੋਰ ਹੁੰਦਾ ਸੀ ਤਾਂ ਉਹਨੂੰ ਚੁੱਪ ਕਰਾਉਣ ਲਈ ਉਹਦਾ ਗਲਾ ਹੀ ਘੁੱਟ ਦਿੰਦੇ ਤਿੰਨ ਬੱਚੇ ਉਦੋਂ ਇਹ ਮਾਲੀ ਵੀ ਮੰਨਿਆ ਮੇਰੇ ਤਿੰਨ ਬੱਚੇ ਇਸ ਤੋਂ ਪਹਿਲਾਂ ਹੀ ਮਾਰ ਚੁੱਕੀ ਆ ਤੇ ਦੋ ਬੱਚੇ ਪੇਟ ਚਲੇ ਗਏ ਸੀ ਤਿੰਨ ਬੱਚੇ ਇੱਕ ਸਾਲ ਦਾ ਸੀ ਛੇ ਕੁ ਮਹੀਨਿਆਂ ਦੀ ਕੁੜੀ ਸੀ ਇੱਕ ਡੇਢ ਕੁ ਸਾਲ ਦਾ ਸੀ ਇਹ ਬੱਚਾ ਕਰੀਬ 5 ਸਾਲ ਦਾ ਹੋ ਗਿਆ ਸੀ ਕਿਉਂਕਿ ਵੱਡਾ ਹੋਣ ਕਰਕੇ ਰੌਲਾ ਪਾਉਣ ਦੇ ਚੀਕਾਂ ਮਾਰ ਦਿੰਦੇ ਕਈ ਵਾਰੀ ਇਹਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਜੀ 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 ਤਾਂ ਪਰ ਉਹ ਵੱਜ ਜਾਂਦਾ ਸੀ ਤੇ ਹੁਣ ਇਹਦਾ ਇਲਾਜ ਚੱਲਿਆ 4-5 ਮਹੀਨੇ ਠੀਕ ਹੋ ਗਈ ਸੀ ਬਿਲਕੁਲ ਲਾਜ ਆਪਣੇ ਕੋਲ ਚੱਲਿਆ ਸੀ ਉੱਥੇ ਹਸਪੀਟਲ ਦੇ ਦੀਪਕ ਦੇ ਵਿੱਚ ਇਲਾਜ ਚੱਲਿਆ ਸਾਡੇ ਕੋਲ ਸਾਡੇ ਨਾਲ ਹੀ ਚੱਲਿਆ ਠੀਕ ਹੋ ਗਈ ਅਸੀਂ ਇਹਨੂੰ ਬਹੁਤ ਸਮਝਾਉਂਦੇ ਰਹੇ ਇਹਨੇ ਦਵਾਈ ਬੰਦ ਕਰਤੀ ਬਾਅਦ ਚ ਓਕੇ ਇਹਨੂੰ ਕੱਲ ਇਹਨੇ ਕੀ ਕੀਤਾ ਬੱਚੇ ਨੂੰ ਮਾਰ ਕੇ ਗੱਡੂ ਦੇ ਵਿੱਚ ਪਾ ਕੇ ਸਿਰ ਦੇ ਵਿੱਚ ਉੱਤੇ ਰੱਖ ਕੇ ਗੱਡੂ ਲੈ ਆਈ ਗੁਰਪ੍ਰੀਤ ਜੀ ਇਹ ਜਿਹੜੀ ਔਰਤ ਆ ਜਿਸਨੇ ਘਟਨਾ ਨੂੰ ਅੰਜਾਮ ਦਿੱਤਾ ਇਹ ਤੁਹਾਡੇ ਆ ਉੱਥੇ ਗਈ ਆਪਣੇ ਗੁਰਪ੍ਰੀਤ ਜੀ ਇਹ ਸਾਡੇ ਪਿੰਡ 'ਚ ਕਿਰਾਏ 'ਤੇ ਰਹਿੰਦੇ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨੂੰ ਨਾ ਪਿੰਡ ਵਾਲਿਆਂ ਨੇ ਕੁੱਟਿਆ ਮੈਨੂੰ ਪਤਾ ਲੱਗਿਆ ਵੀ ਕਿਸੇ ਨੇ ਦੱਸਿਆ ਵੀ ਉੱਥੇ ਲੇਡੀ ਐ ਕਿ ਉਹਨੇ ਆਪਣੇ ਬੱਚੇ ਨੂੰ ਮਾਰਿਆ ਚਾਕੂ ਮਾਰੇ ਉਹਦੇ ਜੀ ਅਸੀਂ ਇੱਥੇ ਪਹੁੰਚੇ ਤਾਂ ਬੱਚੇ ਦੇ ਸਿਰ 'ਚ ਵੀ ਛੋਟੇ ਛੋਟੇ ਟੱਕ ਲੱਗੇ ਹੋਏ ਸੀ ਇਹ ਘਰ ਵਾਲਾ ਵਾ ਇਹਦੇ ਮਾਲੀ ਤੇ ਇਹਦੇ ਬੱਚੇ ਦੇ ਹੱਥ ਦੇ ਵਿੱਚ ਦੀ ਵੀ ਚਾਕੂ ਨਿਕਲਿਆ ਹੋਇਆ ਸੀ ਇੱਕ ਪੱਟ 'ਚ ਲੱਗਿਆ ਹੋਇਆ ਸੀ ਇਹਦੇ ਘਰ ਵਾਲੇ ਨੂੰ ਅਸੀਂ ਨਾਲ ਲੈ ਕੇ ਉਹਨੂੰ ਹਸਪੀਟਲ ਲੈ ਕੇ ਉੱਥੇ ਦਾਖਲ ਕਰਾਇਆ ਉੱਥੋਂ ਡਿਟੈਕਟ ਹੋਇਆ ਵੀ ਇਹਦੀ ਸਪਲਿਟ ਪਰਸਨੈਲਿਟੀ ਆ ਇਹਨੂੰ ਇੱਕ ਬਿਮਾਰੀ ਆ ਡਿਜੀਜ਼ ਆ ਜਿਹਦੇ ਵਿੱਚ ਇਹਨੂੰ ਪਤਾ ਨਹੀਂ ਲੱਗਦਾ ਜਦੋਂ ਇਹਦਾ ਬੱਚਾ ਰੋਂਦਾ ਸੀ ਇਹਨੂੰ ਗੁੱਸਾ ਚੜ੍ਹਦਾ ਸੀ ਤਾਂ ਇਹ ਉਹਨੂੰ ਮਾਰਦੇ ਸੀ ਉਹ ਹੋਰ ਹੁੰਦਾ ਸੀ ਤਾਂ ਉਹਨੂੰ ਚੁੱਪ ਕਰਾਉਣ ਲਈ ਉਹਦਾ ਗਲਾ ਹੀ ਘੁੱਟ ਦਿੰਦੇ ਤਿੰਨ ਬੱਚੇ ਉਦੋਂ ਇਹ ਮਾਲੀ ਵੀ ਮੰਨਿਆ ਮੇਰੇ ਤਿੰਨ ਬੱਚੇ ਇਸ ਤੋਂ ਪਹਿਲਾਂ ਹੀ ਮਾਰ ਚੁੱਕੀ ਆ ਤੇ ਦੋ ਬੱਚੇ ਪੇਟ ਚਲੇ ਗਏ ਸੀ ਤਿੰਨ ਬੱਚੇ ਇੱਕ ਸਾਲ ਦਾ ਸੀ 6 ਕੁ ਮਹੀਨਿਆਂ ਦੀ ਕੁੜੀ ਸੀ ਇੱਕ ਡੇਢ ਕੁ ਸਾਲ ਦਾ ਸੀ ਇਹ ਬੱਚਾ ਕਰੀਬ 5 ਸਾਲ ਦਾ ਹੋ ਗਿਆ ਸੀ ਕਿਉਂਕਿ ਵੱਡਾ ਹੋਣ ਕਰਕੇ ਰੌਲਾ ਪਾਉਣ ਦੇ ਚੀਕਾਂ ਮਾਰ ਦਿੰਦੇ ਕਈ ਵਾਰੀ ਇਹਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਜੀ 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 ਤਾਂ ਪਰ ਉਹ ਵੱਜ ਜਾਂਦਾ ਸੀ ਤੇ ਹੁਣ ਇਹਦਾ ਇਲਾਜ ਚੱਲਿਆ 4-5 ਮਹੀਨੇ ਠੀਕ ਹੋ ਗਈ ਸੀ ਬਿਲਕੁਲ ਇਲਾਜ ਆਪਣੇ ਕੋਲ ਚੱਲਿਆ ਸੀ ਉੱਥੇ ਹਸਪੀਟਲ ਦੇ ਦੀਪਕ ਦੇ ਵਿੱਚ ਇਲਾਜ ਚੱਲਿਆ ਸਾਡੇ ਕੋਲ ਸਾਡੇ ਨਾਲ ਹੀ ਚੱਲਿਆ ਠੀਕ ਹੋ ਗਈ ਅਸੀਂ ਇਹਨੂੰ ਬਹੁਤ ਸਮਝਾਉਂਦੇ ਰਹੇ ਇਹਨੇ ਦਵਾਈ ਬੰਦ ਕਰਤੀ ਬਾਅਦ 'ਚ ਓਕੇ ਇਹਨੂੰ ਮੈਂ ਬਹੁਤ ਸਮਝਾਇਆ ਮਾਲੀ ਦਵਾਈ ਨਾ ਬੰਦ ਕਰ ਇਹ ਵੀ ਥੋੜ੍ਹਾ ਜਿਹਾ ਵਿਚਾਰਾ ਨਹੀਂ ਧਿਆਨ ਦੇ ਪਾਇਆ ਬਾਕੀ ਜਦੋਂ ਇਹ ਹੋਣੀ ਹੋਵੇ ਚੀਜ਼ਾਂ ਹਨਾ ਤੇ ਉਹ ਦਵਾਈ ਲਿਆ ਕੇ ਦਿੰਦਾ ਸੀ ਉਹ ਸੁੱਟ ਦਿੰਦੀ ਸੀ ਖਾਂਦੀ ਨਹੀਂ ਸੀ ਫਿਰ ਮੈਂ ਇਹਨੂੰ ਕਿਹਾ ਇੱਥੇ ਸਾਡੇ ਕੋਲੇ ਰੱਖ ਲੈ ਤੂੰ ਸਾਡੇ ਕੋਲੇ ਰਹਿ ਭਾਈ ਉਦੋਂ ਨਹੀਂ ਰਿਹਾ ਇੱਕ ਨਾ ਮੇਰੀ ਦੁਕਾਨ ਬੰਦ ਹੋ ਜੂ ਇਹ ਵੀ ਥੋੜ੍ਹਾ ਪੈਸੇ ਦਾ ਪੁੱਤ ਸੀ ਪਰ ਅੱਜ ਜੋ ਹੋਣਾ ਸੀ ਉਹ ਹੋ ਕੇ ਰਿਹਾ ਇਹਨੇ ਫਿਰ ਸਾਡਾ ਪਿੰਡ ਛੱਡਤਾ ਖੀਰ ਭਨੋੜਾ ਜਾ ਕੇ ਰਹਿਣ ਲੱਗ ਗਈ ਕੱਲ ਇਹਨੇ ਕੀ ਕੀਤਾ ਬੱਚੇ ਨੂੰ ਮਾਰ ਕੇ ਗੱਡੂ ਦੇ ਵਿੱਚ ਪਾ ਕੇ ਸਿਰ ਦੇ ਵਿੱਚ ਉੱਤੇ ਰੱਖ ਕੇ ਗੱਡੂ ਲੈ ਆਈ ਇੱਥੇ ਲਿਆ ਕੇ ਇਹਨੇ ਛੱਪੜ 'ਚ ਸੁੱਟਤਾ ਤੇ ਅੱਜ ਹੁਣ ਛੱਪੜ 'ਚੋਂ ਅਸੀਂ ਇਹ ਡੈੱਡ ਬੋਡੀ ਬਰਾਮਦ ਕੀਤੀ ਨੱਕ ਟੱਕ ਮੇਰਾ ਧੀਰੋ ਕਿੱਥੇ ਵੀਰੇ ਤੂੰ ਬੱਚੇ ਦੀ ਕਿੰਨੀ ਉਮਰ ਹੈ ਸਰਪੰਚ ਸਾਹਿਬ ਇਹਦੀ 4-5 ਸਾਲ ਦੀ
ਅਸੀਂ ਕੌਣ ਬੰਦੇ ਬੱਚੇ ਜਿਹੜੀ ਜਨਾਨੀ ਨੇ ਬੱਚਾ ਮਾਰਿਆ ਕੌਣ ਹੈ ਅੱਛਾ ਆਪਣੇ ਪਿੰਡ ਰਹਿ ਰਹੇ ਹਸਨਪੁਰ ਰਹਿ ਰਹੇ ਸੀ ਹਸਨਪੁਰ ਇਹਦੀ ਪੈਨਸ਼ਨ ਦੀ ਦੁਕਾਨ ਅੱਛਾ ਜੀ ਇਹ ਆਪਣੇ ਪਿੰਡ ਤੋਂ ਕਿੰਨੇ ਤੱਕ ਟਾਈਮ ਤੋਂ ਰਹਿ ਰਹੇ ਪੱਕੇ ਤੋਂ ਉੱਤਰ ਰਹਿ ਰਹੇ ਜਾਂ ਵੈਸੇ ਹੀ ਰਹਿ ਰਹੇ ਨਹੀਂ ਵੈਸੇ ਹੀ ਕਿੰਨੀ ਕੁ ਉਮਰ ਹੈ ਜੀ ਬੱਚੇ ਦੀ ਪੰਜ ਕੁ ਸਾਲ ਮੁੰਡਾ ਜਾਂ ਕੁੜੀ ਮੁੰਡਾ ਮੁੰਡੇ ਜੀ ਪਹਿਲਾਂ ਵੀ ਦੋ ਮੁੰਡੇ ਕੁੜੀ ਮਾਰ ਅੱਛਾ 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 ਇਹਦੇ ਟੋਟਲ ਬੱਚੇ ਕਿੰਨੇ ਟੋਟਲ ਇੱਕ ਹੀ ਸੀਗਾ ਦੋ ਪਹਿਲਾਂ ਮਾਰਦੇ ਇੱਕ ਵਜਾ ਕੇ ਦੋ ਮੁੰਡੇ ਇੱਕ ਕੁੜੀ ਵਜਾ ਪਤਾ ਲੱਗੀ ਜੀ ਕੋਈ ਕਿਸ ਕਾਰਨ ਮਾਰਿਆ ਇਹਨੇ ਇਹ ਕੈਮਰੇ ਚ ਵੀ ਆ ਗਈਆਂ ਉਹ ਚੱਕੀ ਆਉਂਦੀ ਸਰ ਪਨੌੜ ਤੋਂ ਹਸਨਪੁਰ ਵਾਲੇ ਰਾਹ 'ਤੇ ਇੱਕ ਹਾਦਸਾ ਹੋਇਆ ਕੀ ਹਾਦਸਾ ਸੀ ਸਰ ਦੇਖੋ ਇੱਕ ਸ਼ਾਮ ਲਾਲ ਨਾਂ ਦਾ ਮਤਲਬ ਪ੍ਰਵਾਸੀ ਹੈਗਾ ਉਹ ਮਤਲਬ ਇੱਥੇ ਰਹਿ ਰਿਹਾ ਸੀਗਾ ਪਨੌੜਾਂ ਵਿੱਚ ਅਤੇ ਉਹਦੀ ਹਸਨਪੁਰੋਂ ਸਾਈਕਲ ਪੈਂਚਰ ਲਗਾਉਣ ਦੀ ਮਤਲਬ ਸ਼ੌਪ ਕਰਦਾ ਸੀ ਅਤੇ ਉਹਦਾ ਬੇਟਾ ਸੀ ਵਿਰਾਜ ਕੱਲ੍ਹ ਸਵੇਰ ਦਾ ਨਹੀਂ ਮਿਲ ਰਿਹਾ ਸੀਗਾ ਤਾਂ ਅਤੇ ਨਾਲ ਹੀ ਉਹਦੀ ਵਾਈਫ ਨਹੀਂ ਮਿਲ ਰਹੀ ਸੀਗੀ ਬਬੀਤਾ ਉਹ ਉਹਨੂੰ ਲੱਭ ਰਿਹਾ ਸੀਗਾ ਅਤੇ ਉਹਨੂੰ ਨਹੀਂ ਮਿਲੀ ਅਤੇ ਅੱਜ ਉਹਨੂੰ ਸ਼ੋਪ 'ਤੇ ਉਹਦੇ ਚਲੀ ਗਈ ਤਾਂ ਉਹਨੇ ਪੁੱਛਿਆ ਵੀ ਕਿੱਥੇ ਉਹ ਕਹਿੰਦੀ ਇੱਧਰ ਆ ਅਤੇ ਉੱਧਰ ਆ ਜਦੋਂ ਉਹਨੇ ਸਖਤੀ ਨਾਲ ਪੁੱਛਿਆ ਤਾਂ ਉਹਨੇ ਉਹਨੂੰ ਕਿਹਾ ਕਿ ਵੀ ਮੈਂ ਉਹਨੂੰ ਮਾਰ ਕੇ ਸੁੱਟ ਦਿੱਤਾ ਹੈਗਾ ਅਤੇ ਫਿਰ ਜਦੋਂ ਇਸ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਜਦੋਂ ਅਸੀਂ ਮੌਕੇ 'ਤੇ ਮਤਲਬ ਟੋਭਾ ਜਿਹੜਾ ਹੈਗਾ ਉੱਥੇ ਗਏ ਤਾਂ ਉੱਥੋਂ ਉਹਦੇ ਤੋਂ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਗੱਲ ਸੱਚੀ ਸੀਗੀ ਵੀ ਹਾਂ ਉਹ ਲੇਡੀ ਨੇ ਆਪਣੇ ਬੱਚੇ ਨੂੰ ਮਾਰ ਕੇ ਇੱਕ ਉਹਦੇ ਵਿੱਚ ਪਾ ਕੇ ਸੁੱਟ ਦਿੱਤਾ ਟੋਭੇ ਦੇ ਵਿੱਚ ਅਤੇ ਇਸ ਗੱਲ ਇਹ ਫਿਰ ਸੀਸੀਟੀਵੀ ਵਿੱਚ ਵੀ ਆਈ ਵੀ ਹਾਂ ਉਹ ਲੰਘੀ ਜਾ ਰਹੀ ਸੀਗੀ ਅਤੇ ਫਿਰ ਉੱਥੇ ਮੌਕੇ 'ਤੇ ਅਸੀਂ ਮਤਲਬ ਜਿਹੜੀ ਡੈੱਡ ਬੋਡੀ ਆ ਉਹ ਬਰਾਮਦ ਕੀਤੀ ਹੈਗੀ ਆ ਅਤੇ ਉਹਨਾਂ ਦੇ ਪਤੀ ਦੇ ਬਿਆਨ 'ਤੇ ਅਸੀਂ ਉਸ ਲੇਡੀ ਦੇ ਬਬੀਤਾ ਦੇ ਖਿਲਾਫ਼ 302-201 ਤਹਿਤ ਅਸੀਂ ਪਰਚਾ ਦਿੱਤਾ ਹੈ ਸਰ ਕੋਈ ਪੁਰਾਣਾ ਵੀ ਕੋਈ ਕਹਿੰਦੇ ਪੁਰਾਣਾ ਵੀ ਅਸੀਂ ਆਪਣੇ ਬੱਚਿਆਂ ਨੂੰ ਪੁੱਛਿਆ ਉਹਦੇ ਅਲਕਾ ਦੇਖੋ ਜੀ ਇਸ ਚੀਜ਼ ਦੀ ਵਜ੍ਹਾ ਉਹਦੇ ਪਤੀ ਨੂੰ ਪੁੱਛਿਆ ਗਿਆ ਸੀ ਵੀ ਕੀ ਇਹਨੇ ਕਤਲ ਕੀਤਾ ਕਹਿੰਦੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਮੇਰੇ ਬੱਚੇ 4 ਵਜੇ ਜਿਹਨੂੰ ਅਸੀਂ ਪਹਿਲਾਂ ਵੀ 3 ਬੱਚੇ ਮਰ ਚੁੱਕੇ ਹੈਗੇ ਨੇ ਪਰ ਮੈਨੂੰ ਇਹ ਨਹੀਂ ਪਤਾ ਵੀ ਇਹਨੇ ਮਾਰੇ ਨੇ ਜਾਂ ਕਿਸ ਨੇ ਮਾਰੇ ਨੇ ਉਮਰੇ ਕਤਲ ਦਾ ਲਈ ਸੀ ਜਾਂ ਮੈਨੂੰ ਅਜੇ ਤਾਂ ਕੁਛ ਨਹੀਂ ਤਫਤੀਸ਼ ਚੱਲ ਰਹੀ ਹੈ ਬਾਕੀ ਅਸੀਂ ਮਤਲਬ ਰੈਸਟ ਕਰ ਲਿਆ ਅਤੇ ਪੁੱਛ ਕਰ ਲਿਆ